6 फॉर जस्टिस ਵੱਲੋਂ 12 ਵਕੀਲਾਂ ਨੂੰ ਸੁਪਰੀਮ ਕੋਰਟ ਦੇ 12 ਵਕੀਲਾਂ ਨੂੰ ਧਮਕੀ ਦਿੱਤੀ ਗਈ ਹੈ ਇਹਨਾਂ ਨੂੰ ਧਮਕੀ ਭਰੇ ਫੋਨ ਆਏ ਨੇ ਤੁਹਾਨੂੰ ਦੱਸ ਦਈਏ ਕਿ ਸੁਪਰੀਮ ਕੋਰਟ ਦੇ 12 ਵਕੀਲਾਂ ਨੂੰ ਇੰਗਲੈਂਡ ਤੋਂ ਧਮਕੀ ਭਰੇ ਫੋਨ ਆਉਂਦੇ ਨੇ ਖਾਲਿਸਤਾਨ ਸਮਰਥਕਾਂ ਦੇ ਵੱਲੋਂ ਤੇ ਇਹਨਾਂ ਨੂੰ ਖਾਲਿਸਤਾਨ ਸਮਰਥਕਾਂ ਵੱਲੋਂ ਜਿਹੜੇ ਫੋਨ ਆਏ ਨੇ ਉਸ ਦੌਰਾਨ ਵਕੀਲਾਂ ਨੂੰ ਕਿਸਾਨਾਂ ਦੇ ਖਿਲਾਫ ਅਤੇ ਪੰਜਾਬ ਦੇ ਸਿੱਖਾਂ ਦੇ ਖਿਲਾਫ ਕਾਰਵਾਈ ਕਰਨ ਤੋਂ ਰੋਕਿਆ ਗਿਆ ਹੈ ਇਹਨਾਂ ਧਮਕੀ ਭਰੇ ਫੋਨਾਂ ਦਾ ਜੋਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਇਸ ਦੇ ਵਿੱਚ ਇਸ ਸਾਰੇ ਮਾਮਲੇ ਦੀ ਜਦੋਂ ਵਕੀਲਾ ਵੱਲੋਂ ਜਾਣਕਾਰੀ ਲਈ ਗਈ ਤਾਂ ਉਸ ਦੇ ਵਿੱਚ ਦੱਸਿਆ ਗਿਆ ਹੈ ਕਿ ਇਹ ਫੋਨ ਤੁਹਾਨੂੰ ਦੱਸ ਦਈਏ ਕਿ ਇਸ ਫੋਨ ਦੌਰਾਨ ਜਾਣਕਾਰੀ ਦਿੱਤੀ ਗਈ ਹੈ ਕਿ ਵਕੀਲਾ ਵੱਲੋਂ ਜੜੀ ਵੀ ਕਾਰਵਾਈ ਕੀਤੀ ਜਾ ਰਹੀ ਹੈ ਕਿਸਾਨਾਂ ਦੇ ਖਿਲਾਫ ਪੰਜਾਬ ਦੇ ਸਿੱਖਾਂ ਦੇ ਖਿਲਾਫ ਉਹ ਨਾ ਕੀਤੀ ਜਾਵੇ ਤਾਂ ਇਸ ਤਰੀਕੇ ਦੇ ਨਾਲ ਬੇहद ਵੱਡੀ ਗੱਲ ਹੈ ਕਿ 12 ਵਕੀਲਾ ਨੂੰ ਸੁਪਰੀਮ ਕੋਰਟ ਦੇ ਧਮਕੀ ਭਰੇ ਫੋਨ ਆਉਂਦੇ ਨੇ ਜਿਸ ਵਿੱਚ ਉਹਨਾਂ ਨੂੰ ਇੰਗਲੈਂਡ ਤੋਂ ਇਹ ਆਟੋਮੈਟਿਡ ਕਾਲ ਆਏ ਨੇ ਸਿਕ ਫਾਰ ਜਸਟਿਸ ਵੱਲੋਂ ਤੇ ਉਹਨਾਂ ਵੱਲੋਂ ਪੀਐਮ ਨੂੰ ਫਿਰੋਜ਼ਪੁਰ ਤੋਂ ਮੋੜਨ ਦਾ ਦਾਵਾ ਵੀ ਇਸ ਕਾਲ ਦੌਰਾਨ ਠੋਕਿਆ ਗਿਆ ਹੈ ਤੇ ਕਿਸਾਨਾਂ ਦੇ ਖਿਲਾਫ ਕਾਰਵਾਈ ਕਰਨ ਤੋਂ ਵਰਜਿਆ ਗਿਆ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨ ਹੀ ਪੰਜ ਜਰਮਰੀ ਨੂੰ ਪੀਐਮ ਪੰਜਾਬ ਦੇ ਵਿੱਚ ਆਉਂਦੇ ਨੇ ਤੇ ਫਿਰੋਜ਼ਪੁਰ ਤੋਂ ਵਾਪਸ ਚਲੇ ਜਾਂਦੇ ਨੇ ਜਿੱਥੇ ਉਹਨਾਂ ਦਾ ਇੱਕ ਕਾਫਲਾ 20 ਤੋਂ 25 ਮਿੰਟ ਉੱਥੇ ਪੁਲ ਦੇ ਉੱਤੇ ਰੁਕਦਾ ਹੈ ਜਿਸ ਤੋਂ ਬਾਅਦ ਰਾਜਨੀਤੀ ਦੇ ਵਿੱਚ ਵੀ ਹਲਚਲ ਮਚਦੀ ਹੈ ਤੇ ਲਗਾਤਾਰ ਵਾਦ-ਵਿਵਾਦ ਛੜਦਾ ਹੈ ਪਰ ਹੁਣ ਜਦੋਂ ਇਹ ਕਾਰਵਾਈ ਦੇ ਵਿੱਚ ਸੁਣਵਾ ਇਹ ਸੁਣਵਾਈ ਹੋਣ ਲੱਗਦੀ ਹੈ ਤਾਂ ਉਸ ਤੋਂ ਪਹਿਲਾਂ 12 ਵਕੀਲਾਂ ਨੂੰ 64 ਜਸਟਿਸ ਵੱਲੋਂ ਖਾਲਿਸਤਾਨੀ ਸਮਰਥਕਾਂ ਵੱਲੋਂ ਕੌਲ ਆਉਂਦੇ ਨਹੀਂ ਆਟੋਮੈਟਿਡ ਕਾਲ ਜਿਸ ਦੇ ਵਿੱਚ ਕਿਸਾਨਾਂ ਦੇ ਖਿਲਾਫ ਅਤੇ ਪੰਜਾਬ ਦੇ ਸਿੱਖਾਂ ਦੇ ਖਿਲਾਫ ਕਾਰਵਾਈ ਕਰਨ ਤੋਂ ਰੋਕਿਆ ਜਾਂਦਾ ਤੁਹਾਨੂੰ ਦੱਸ ਦਈਏ ਕਿ 12 ਵਕੀਲਾਂ ਨੂੰ ਧਮਕੀ ਦਿੱਤੀ ਗਈ ਹੈ ਤੇ ਵਿਦੇਸ਼ ਤੋਂ ਇਹ ਆਟੋਮੈਟਿਡ ਕਾਲ ਆਏ ਨੇ ਇੰਗਲੈਂਡ ਤੋਂ ਇੱਕ ਕਾਲ ਅੱਜ ਦੱਸੇ ਜਾ ਰਹੇ ਨੇ ਜਿਸ ਦੇ ਵਿੱਚ ਸਿਕ ਫੋਰ ਜਸਟਿਸ ਵੱਲੋਂ ਇੰਗਲੈਂਡ ਦੇ ਨੰਬਰਾਂ ਤੋਂ ਇਹ ਕਾਲ ਕੀਤੇ ਗਏ ਨੇ ਤੇ ਫੋਨ ਤੇ ਕਿਸਾਨ ਅਤੇ ਸਿੱਖਾ ਖਿਲਾਫ ਕਾਰਵਾਈ ਕਰਨ ਤੋਂ ਵਰਜਾ ਗਿਆ ਹੈ ਬੇहद ਵੱਡੀ ਖਬਰ ਹੈ ਕਿਉਂਕਿ ਇਹ ਬੇहद ਵੱਡਾ ਮਾਮਲਾ ਹੈ ਕਿਉਂਕਿ ਜਦੋਂ ਪੰਜਾਬ ਦੇ ਵਿੱਚ ਪੀਐਮ ਆਉਂਦੇ ਨੇ ਤੇ ਉਹਨਾਂ ਤੇ ਜਿਹੜਾ ਕਾਫਲਾ ਹੈ ਉਹਨਾਂ ਨੂੰ 20 ਤੋਂ 25 ਮਿੰਟ ਪੰਜਾਬ ਦੇ ਵਿੱਚ ਰੋਕਿਆ ਜਾਂਦਾ ਹੈ ਤੇ ਉਸ ਦੀ ਕਾਰਵਾਈ ਵੀ ਅੱਜ ਹੋਣੀ ਸੀ ਪਰ 12 ਵਕੀਲਾਂ ਨੂੰ ਧਮਕੀ ਭਰੇ ਫੋਨ ਆਉਣੇ ਇੰਗਲੈਂਡ ਤੋਂ ਬੇहद ਵੱਡੀ ਗੱਲ ਹੈ ਤੇ ਇਸ ਦੇ ਵਿੱਚ ਹੁਣ ਕੀ ਅੱਗੇ ਕਾਰਵਾਈ ਹੁੰਦੀ ਹੈ ਜਾਂਚ hle ਜਾ ਰਹੀ ਹੈ ਜਿਸ ਤਰੀਕੇ ਨਾਲ ਇਸ ਦੇ ਕਾਰਵਾਈ ਅੱਗੇ ਵਧੇਗੀ ਉਸ ਤਰੀਕੇ ਨਾਲ ਅਸੀਂ ਵੀ ਤੁਹਾਨੂੰ ਲਗਾਤਾਰ ਇਸ ਦੇ ਨਾਲ ਸੰਬੰਧਿਤ ਅਪਡੇਟ ਦਿੰਦੇ ਜਾਵਾਂਗੇ ਪਰ ਸੁਪਰੀਮ ਕੋਰਟ ਦੇ 12 ਵਕੀਲਾਂ ਨੂੰ ਕੌਲ ਆਣੀ ਖਾਲਿਸਤਾਨੀ ਸਥਮਰਤਕਾ ਦੇ ਵੱਲੋਂ ਬਿਹਤ ਵੱਡੀ ਗੱਲ ਹੈ ਹੁਣ ਇਸ ਦੇ ਉੱਤੇ ਕੀ ਕਾਰਵਾਈ ਹੋਵੇਗੀ ਕੀ ਜਾਂਚ ਅੱਗੇ ਵਧੇਗੀ ਲਗਾਤਾਰ ਤੁਹਾਨੂੰ ਅਪਡੇਟ ਦਿੰਦੇ ਰਾਵਾਂਗੇ ਤੁਸੀਂ ਦੇਖਦੇ ਰਹੋ ਡੇਲੀ ਪੋਸਟ ਪੰਜਾਬੀ ਮੈਨੂੰ ਦੋ ਜਾਸਰ